ਸ਼ਾਇ ਗੱਲ ਕਰਨ ਦਾ ਸੋਸ਼ਲ ਮੀਡੀਆ ਨੂੰ ਲੈ ਕੇ। ਲਗਭਗ ਹਰੇਕ ਬੰਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਵਰਤਦਾ ਹੈ। ਉਹਦੇ ਬਹੁਤ ਚੰਗੇ ਫਾਇਦੇ ਵੀ ਹੈ, ਕਈ ਨੁਕਸਾਨ ਵੀ ਹੈ। ਅੱਜ ਉਹਨਾਂ ਬਾਰੇ ਆਪਾਂ ਉਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਕਿ ਸੋਸ਼ਲ ਮੀਡੀਏ ਤੋਂ ਕੀ ਕੁਛ ਖੱਟਿਆ ਜਾ ਸਕਦਾ ਹੈ ਜਾਂ ਕੀ ਕੁਛ ਤੋਂ ਬਚਿਆ ਜਾ ਸਕਦਾ ਜਾਂ ਕੁਛ ਵੀ ਹੈ। ਇਹ ਮੇਰੇ ਕਿਸੇ ਨੂੰ ਟਾਰਗੇਟ ਕਰਨ ਦੇ ਜਾਂ ਕਿਸੇ ਹੋਰ ਬਾਰੇ ਨਹੀਂ ਹੈ, ਇਹ ਮੇਰੇ ਆਪਦੇ ਨਿੱਜੀ ਵਿਚਾਰ ਹੈ ਕਿ ਆਪਾਂ ਸੋਸ਼ਲ ਮੀਡੀਆ ਨੂੰ ਲੈ ਕੇ ਕਿਵੇਂ ਦਾ ਵਿਹਾਰ ਜਾਂ ਕਿਵੇਂ ਦਾ ਬਿਹੇਵ ਕਰਨਾ ਚਾਹੀਦਾ ਆਪਾਂ ਨੂੰ। ਅਤੇ ਆਪਾਂ ਨੂੰ ਹੱਕ ਦਿੱਤਾ ਹੈ ਸੋਸ਼ਲ ਮੀਡੀਆ ਨੇ ਕਿ ਆਪਾਂ ਆਪਦੇ ਦਿਲ ਦੀ ਗੱਲ ਹਰ ਕਿਸੇ ਨਾਲ ਸ਼ੇਅਰ ਕਰ ਸਕੀਏ ਜਾਂ ਜੋ ਵੀ ਆਪਣਾ ਪੱਖ ਰੱਖ ਸਕੀਏ ਕੋਲ। ਅਤੇ ਇਹਦੀ ਆਪਾਂ ਨੂੰ ਇਹਦੇ ਹੱਕ ਦੇ ਨਾਲ ਕਈ ਜ਼ਿੰਮੇਵਾਰੀਆਂ ਵੀ ਆ ਜਾਂਦੀਆਂ ਕਿ ਇਸ ਹੱਕ ਨੂੰ ਆਪਾਂ ਕਿਸ ਤਰ੍ਹਾਂ ਰੱਖਣਾ, ਕਿ ਆਪਾਂ ਕਿਸੇ ਨੂੰ ਨੁਕਸਾਨ ਨਾ ਪਹੁੰਚਾਈਏ, ਆਪਣੀ ਸਮਾਜ 'ਚ ਕੋਈ ਮਾੜਾ ਕੰਮ ਨਾ ਕਰੀਏ ਜਾਂ ਹੋਰ ਵੀ ਕੁਛ ਕਰੀਏ। ਇਹ ਚੀਜ਼ਾਂ ਨੂੰ ਆਪਾਂ ਅੱਜ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਕਿ ਕਿਵੇਂ ਆਪਾਂ ਨੂੰ ਕਰਨਾ ਚਾਹੀਦਾ। ਤਾਂ ਚਲੋ ਸ਼ੁਰੂ ਕਰਦੇ ਹਾਂ ਆਪਾਂ ਆਪਣੀਆਂ ਗੱਲਾਂ। ਅੱਜ ਕੱਲ੍ਹ ਕਈ ਆਪਾਂ ਕੋਈ ਵੀ ਗੱਲ ਦੇਖੀਏ, ਵੀਡੀਓ ਆ ਜਾਂਦੀ ਹੈ ਜਾਂ ਕੋਈ ਵੀ ਆ ਜਾਂਦੀ ਹੈ, ਮੰਨ ਲਓ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਜਾਂ ਗਲਤ ਕੰਮ ਹੋ ਰਿਹਾ, ਉਸ ਵੀਡੀਓ ਨੂੰ ਵਾਇਰਲ ਹੋਣ 'ਤੇ ਟਾਈਮ ਨਹੀਂ ਲੱਗਦਾ ਜਾਂ ਕਿਸੇ ਦੀ ਵਾਪਸ ਸਹਾਇਤਾ ਕਰਨੀ ਹੈ ਜਾਂ ਕੁਛ ਵੀ ਕਰਨਾ। ਪਰ ਕਈ ਇੱਕ ਵਾਰੀ ਆਪਾਂ ਨੂੰ ਦੇਖਿਆ ਜਾਂਦਾ ਹੈ ਕਿ ਕਈ ਬੰਦੇ ਕਿਸੇ ਖਾਸ ਫਿਰਕੇ ਨੂੰ ਲੈ ਕੇ ਜਾਂ ਕਿਸੇ ਖਾਸ ਧਰਮ ਨੂੰ ਜਾਂ ਕਿਸੇ ਕਿਵੇਂ ਵੀ ਲਾ ਲਓ ਉਸ ਨੂੰ ਲੈ ਕੇ ਟਾਰਗੇਟ ਕਰਕੇ ਗੱਲਾਂ ਕਰਦੇ ਹੈ। ਉਹ ਇਹ ਨਹੀਂ ਸੋਚਦੇ ਬਈ ਆਪਾਂ ਚੱਲ ਹੁਣ ਤਾਂ ਵੀਡੀਓ ਗੱਲ ਬਣਾ ਤੀ, ਇਕੱਲੇ ਬਹਿ ਕੇ ਹੁਣ ਜਿਵੇਂ ਮੈਂ ਬਣਾਈ ਜਾਂਦਾ ਵੀਡੀਓ ਇਕੱਲਾ ਬਣਾ ਕੇ ਬਹਿ ਗਿਆ, ਕੋਈ 20-50-100 ਲੋਕ ਜਿੰਨੇ ਵੀ ਲੋਕ ਦੇਖਣਗੇ ਦੇਖਣਗੇ ਤਾਂ ਸਹੀ ਨਾ। ਅਤੇ ਫਿਰ ਉਸ ਚੀਜ਼ ਦਾ ਅਸਰ ਕਾਫੀ ਹੁੰਦਾ ਹੈ ਕਿਉਂਕਿ ਉਹ ਸਾਰੀ ਕਮਿਊਨਿਟੀ ਨੂੰ ਗੁੱਸਾ ਵੀ ਆਉਂਦਾ, ਉਸ 'ਚ ਰੋਸ ਵੀ ਹੁੰਦਾ। ਅਤੇ ਇਹ ਚੀਜ਼ਾਂ ਨੂੰ ਆਪਾਂ ਨੂੰ ਨਿਗਾਹ 'ਚ ਰੱਖਣੀ ਚਾਹੀਦੀ। ਕੱਲ੍ਹ ਪਰਸ ਪਿੱਛੇ ਜੇ ਵੀਡੀਓ ਆਈ ਸੀਗੀ ਸਤਿਗੁਰੂ ਰਵਿਦਾਸ ਜੀ ਬਾਰੇ, ਕੋਈ ਬੰਦੇ ਨੇ ਬੋਲਿਆ ਉਲਟਾ ਸਿੱਧਾ, ਚਲ ਬੋਲਤਾ ਉਹਨੇ ਬੰਦੇ ਨੇ, ਚਲ ਬੋਲ ਕੇ ਵੀਡੀਓ ਕਰਤੀ। ਦੂਜੇ ਤੀਜੇ ਦਿਨ ਕਹਿੰਦਾ ਜੀ ਮੈਨੂੰ ਵੀਡੀਓ ਫਿਰ ਬਾਅਦ 'ਚ ਮਾਫ਼ੀ ਮੰਗਣ ਲੱਗ ਗਿਆ। ਇਹ ਤਾਂ ਹੁਣ ਇਹ ਟ੍ਰੈਂਡ ਹੀ ਚੱਲ ਪਿਆ, ਕਿਵੇਂ ਕਿ ਮੰਨ ਲਾ ਕੋਈ ਕਿਸੇ ਨੂੰ ਵੀ ਮਾੜਾ ਚੰਗਾ ਬੋਲ ਦਿਓ ਕਿਸੇ ਧਰਮ ਬਾਰੇ ਜਾਂ ਕਿਸੇ ਬਾਰੇ ਵੀ ਕਿਸੇ ਬੰਦੇ ਬਾਰੇ ਬੋਲ ਦਿਓ, ਮੁੜ ਕੇ ਦੂਜੇ ਦਿਨ ਮਾਫ਼ੀ ਮੰਗ ਲਓ ਜੀ ਮੈਂ ਮਾਫ਼ੀ ਮੰਗ। ਇਸ ਮਾਫ਼ੀ ਮੰਗ ਤੁਸੀਂ ਬੋਲੋ ਹੀ ਨਾ, ਬੋਲੋ ਹੀ ਨਾ ਤੁਸੀਂ। ਇਹ ਕੀ ਹੋਇਆ ਵੀ ਆਪਾਂ ਚੱਕ ਲਈ ਗੱਲ ਵੀ ਹਾਂ ਕਰਤਾ, 4 ਵਿਊ ਲੈਣ ਵਾਸਤੇ ਗੱਲ ਕਰਤੀ, ਦੂਜੇ ਨੂੰ ਪੁੱਠਾ ਸਿੱਧਾ ਬੋਲਤਾ, ਮੁੜ ਕੇ ਜਦੋਂ ਪਤਾ ਲੱਗ ਗਿਆ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਅਤੇ ਮੁੜ ਕੇ ਕਹੀ ਜਾਓ ਯਾਰ ਆਪਾਂ ਤਾਂ ਮਾਫ਼ੀ ਮੰਗ ਲੈਂਦੇ ਹਾਂ, ਮੁੜ ਕੇ ਨਾਲ ਦੇ ਨਾਲ ਵੀਡੀਓ ਦੀ ਮਾਫ਼ੀ ਆ ਜਾਂਦੀ ਹੈ। ਅਤੇ ਮਾਫ਼ੀ ਨਾਲ ਕੀ ਹੋ ਜੂਗਾ, ਜੇ ਕੋਈ ਬੰਦਾ ਕਤਲ ਕਰਕੇ ਕਹੇ ਤਾਂ ਮਾਫ਼ੀ ਵੀ ਕਰ ਦੋ, ਮਾਫ਼ੀ ਤਾਂ ਉਦੋਂ ਨਹੀਂ ਹੁੰਦਾ। ਜਿਵੇਂ ਆਪਾਂ ਨੂੰ ਆਪਣੀਆਂ ਭਾਵਨਾਵਾਂ ਉਹਨਾਂ ਦੂਜੇ ਦੀਆਂ ਭਾਵਨਾਵਾਂ ਵੀ ਹੈ, ਅਤੇ ਲੋਕਾਂ ਨੂੰ ਚਾਹੀਦਾ ਇਹ ਚੀਜ਼ਾਂ ਦੇਖਣੀਆਂ। ਆਪਾਂ ਨੂੰ ਜੇ ਸੋਸ਼ਲ ਮੀਡੀਆ 'ਤੇ ਹੱਕ ਮਿਲੇ ਆ ਤਾਂ ਆਪਣੀਆਂ ਜ਼ਿੰਮੇਵਾਰੀਆਂ ਵੀ ਬਣਦੀਆਂ ਨਾ ਉਹ, ਪਰ ਇਹ ਤਾਂ ਸੋਚਦੇ ਹੀ ਨਹੀਂ ਲੋਕ। ਆਪਾਂ ਕੋਈ ਵੀ ਹੈ, ਤੁਸੀਂ ਹੋ ਮੈਂ ਜੋ ਵੀ ਹੈ, ਆਪਣਾ ਆਲਾ ਦੁਆਲਾ ਦੇਖਣਾ ਚਾਹੀਦਾ। ਤੁਸੀਂ ਦੇਖਿਆ ਹੋਊਗਾ ਫੇਸਬੁੱਕ 'ਤੇ ਜਾਂ ਯੂਟਿਊਬ 'ਤੇ ਇੱਕ ਦੂਜੇ ਨੂੰ ਗਾਲੋ ਗਾਲੀ ਹੋਏ ਪਏ ਹੁੰਦੇ ਆ, ਤੂੰ ਫਿਰ ਤੇਰਾ ਨੰਬਰ ਦੇ ਦੇ ਮੈਨੂੰ, ਤੇਰਾ ਐਡਰੈਸ ਦੇ ਦੇ ਤੇਰੀ ਮਾਂ ਨੂੰ, ਤੇਰੀ ਭੈਣ ਨੂੰ। ਮਾਵਾਂ ਭੈਣਾਂ ਕੀ ਕਹਿੰਦੀਆਂ, ਕੁਛ ਨਹੀਂ ਕਹਿੰਦੀਆਂ ਇੱਥੇ ਆ ਕੇ ਆਪਾਂ ਨੂੰ। ਵੀ ਜੇ ਤੁਹਾਨੂੰ ਕੋਈ ਦਿੱਕਤ ਹੈਗੀ ਹੈ ਤਾਂ ਠੀਕ ਹੈ, ਤਾਰਾ ਗੱਲ ਕਰ ਦਿਓ। ਮੰਨ ਲਓ ਕਿ ਚਲੋ ਵੀ ਮੈਨੂੰ ਕਿਸੇ ਤੋਂ ਦਿੱਕਤ ਹੈ, ਮੈਂ ਆਪਦੀ ਗੱਲ ਆਪਦੀ ਵੀਡੀਓ ਰੱਖਦਾ, ਕਿਸੇ ਨੂੰ ਮੇਰੀ ਵੀਡੀਓ ਤੋਂ ਦਿੱਕਤ ਆਪਦੀ ਵੀਡੀਓ 'ਤੇ ਰੱਖਦੇ, ਮਾੜਾ ਚੰਗਾ ਬੋਲਣ ਦੀ ਲੋੜ ਨਹੀਂ। ਪਰ ਜਦੋਂ ਬੰਦੇ ਨੂੰ ਗੱਲ ਨਹੀਂ ਔੜਦੀ ਜਾਂ ਆਪਣੇ ਕੋਲ ਜਵਾਬ ਮੁੱਕ ਜਾਂਦੇ ਆ, ਉਦੋਂ ਫਿਰ ਆਪਾਂ ਅਗਲੇ ਦੇ ਪਰਸਨਲ ਅਟੈਕ ਕਰਨ ਲੱਗ ਜਾਂਦੇ ਹਾਂ ਬਈ ਆਪਾਂ ਵੀ ਤੇਰੀ ਐਂ ਤਾਂ ਤੈਨੂੰ ਐਂ ਕਰ ਦੂੰ, ਤੇਰਾ ਨੰਬਰ ਦੇ ਦੇ, ਤੇਰਾ ਐਡਰੈਸ ਦੇ ਦੇ। ਐਡਰੈਸ ਨੰਬਰ ਦੇਣ ਨਾਲ ਕੀ ਹੋ ਜੂਗਾ, ਕੋਈ ਗੁੰਡਾਗਰਦੀ ਥੋੜ੍ਹਾ ਹੋਏਗੀ ਇੱਥੇ, ਵੀ ਆਪਾਂ ਸਾਰੇ ਗੁੰਡਾਗਰਦੀ ਕਰ ਕਰਕੇ ਅਤੇ ਚੱਲ ਬਈ ਕਰ ਲਵਾਂਗੇ ਵੀਡੀਓ ਬਣਾ ਲਈ, ਫਿਰ ਮੁੜ ਕੇ ਟਾਈਮ ਪਾ ਲਿਆ, ਫਿਰ ਮੁੜ ਕੇ ਲੱਤੋ ਲੱਤੀ ਹੋਈ ਜਾਓ। ਅਤੇ ਇਹ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ।
ਆਪਾਂ ਨੂੰ ਸੋਸ਼ਲ ਮੀਡੀਆ ਦਾ ਵਰਤੋਂ ਕਰਨੀ ਚਾਹੀਦੀ ਬਈ, ਬਥੇਰੇ ਚੰਗੇ ਚੰਗੇ ਕੰਮ ਵੀ ਹੈਗੇ ਆ, ਚੀਜ਼ਾਂ ਸਿੱਖ ਵੀ ਸਕਦੇ ਹਾਂ ਆਪਾਂ, ਸਿਖਾ ਵੀ ਸਕਦੇ ਹਾਂ ਸਾਰੇ ਬੰਦਿਆਂ ਨੂੰ, ਥੋੜ੍ਹਾ ਥੋੜ੍ਹਾ ਪਤਾ ਹੈ, ਇਕੱਲੇ ਬੰਦੇ ਨੂੰ ਸਾਰਾ ਨਹੀਂ ਪਤਾ, ਇੱਕ ਦੂਜੇ ਤੋਂ ਸਿੱਖਣਾ ਚਾਹੀਦਾ ਆਪਾਂ ਨੂੰ, ਨਾ ਕਿ ਵੀ ਸੋਸ਼ਲ ਮੀਡੀਆ ਨੂੰ ਲੈ ਕੇ ਵੀ ਤੂੰ ਫਲਾਣਾ ਹੈ ਤੂੰ ਫਲਾਣਾ ਹੈ, ਚਾਰ ਗੱਲਾਂ ਤੈਨੂੰ ਕਹਿਤੀਆਂ ਚਾਰ ਗੱਲਾਂ ਮੈਨੂੰ ਕਹਿਤੀਆਂ, ਕਹਿ ਕਹਿ ਕੇ ਤੇ ਆਪਾਂ ਚਲੋ ਕਰੀ ਜਾਂਦੇ ਹਾਂ ਬਈ ਲੋਕਾਂ ਨੂੰ। ਦੂਜਾ ਪਾਈ ਜਾਓ ਲਾਹਨਤਾਂ ਇੱਕ ਦੂਜੇ ਨੂੰ, ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਨਾ ਆਪਾਂ ਨੂੰ। ਹੁਣ ਜਦੋਂ ਕਈ ਕਈ ਉਹ ਫੋਟੋਆਂ ਜਦੋਂ ਨਹੀਂ ਕਿਸੇ ਨਾਲ ਬੰਦਾ ਪੂਰਾ ਲਿਆ ਬੰਦਾ, ਫਿਰ ਉਹਦੇ ਪਰਿਵਾਰ 'ਤੇ ਜਾ ਤੁਰਿਆ ਜਾਂਦਾ, ਫਿਰ ਉਹਨਾਂ ਦੇ ਫੋਟੋਆਂ ਐਡਿਟ ਐਡਿਟ ਕਰ ਕਰਕੇ ਪਾ ਦੇਣਗੇ, ਪੁੱਠੀਆਂ ਸਿੱਧੀਆਂ ਗੱਲਾਂ ਕਰ ਕਰਕੇ ਇੱਕ ਦੂਜੇ ਦੀਆਂ ਪਾ ਦੇਣਗੇ, ਉਸ ਚੀਜ਼ ਦਾ ਤੁੱਕ ਕੀ ਹੈ, ਉਸ ਚੀਜ਼ ਦਾ ਤਾਂ ਕੋਈ ਤੁੱਕ ਨਹੀਂ ਰਹਿ ਜਾਂਦਾ ਨਾ। ਇਹ ਚੀਜ਼ਾਂ ਵਿਚਾਰ ਕਰਨ ਵਾਲੀਆਂ, ਇਹ ਨਿੱਕੇ ਨਿੱਕੇ ਮੁੱਦੇ ਹੈ, ਆਪਣੀ ਸੋਚ ਨੂੰ ਦਰਸਾਉਂਦੇ ਹੈ ਵੀ ਆਪਾਂ ਨੂੰ ਸੰਸਕਾਰ ਕੀ ਮਿਲੇ ਹੈ, ਆਪਾਂ ਕਿੰਨੇ ਕੁ ਉਸ ਚੀਜ਼ ਨੂੰ ਮੰਨਦੇ ਹਾਂ, ਪਰਿਵਾਰਕ ਰਿਸ਼ਤਿਆਂ ਨੂੰ ਜਾਂ ਆਪਣੇ ਲਿਹਾਜ਼ ਨੂੰ ਜਾਂ ਆਪਣਾ ਸਮਾਜਿਕ ਜਿਹੜਾ ਸੱਭਿਆਚਾਰ ਹੈ ਉਸ ਚੀਜ਼ ਨੂੰ ਕਿੰਨਾ ਕੁ ਨੇੜੇ ਹਾਂ ਉਹਦੇ, ਜਾਂ ਕਿੰਨਾ ਕੁ ਉਹਨੂੰ ਨਾਲ ਲੈ ਕੇ ਤੁਰਦੇ ਹਾਂ। ਮੈਂ ਕਈ ਕਈ ਵਾਰੀ ਮੈਨੂੰ ਕਮੈਂਟ ਪੜ੍ਹਦਾ ਮੈਂ ਜਾਂ ਕੁਛ ਵੀ, ਕਈ ਵਾਰੀ ਸੋਸ਼ਲ ਮੀਡੀਆ 'ਤੇ ਹਰ ਕੋਈ ਪੜ੍ਹਦਾ, ਮੈਂ ਇਕੱਲਾ ਨਹੀਂ ਪੜ੍ਹਦਾ ਵੀ ਹਰ ਕੋਈ ਪੜ੍ਹਦਾ, ਅਤੇ ਉਹ ਬੰਦਾ ਬੰਦੇ ਸੋਚ ਦੇਖਦੇ ਕਿ ਹੈਰਾਨੀ ਹੁੰਦੀ ਹੈ ਜਾਂ ਦੁੱਖ ਵੀ ਹੁੰਦਾ ਕਈ ਵਾਰੀ ਵੀ ਆਪਾਂ ਸੋਸ਼ਲ ਮੀਡੀਆ ਨੂੰ ਕਿਹੜੇ ਕੰਮ ਲਈ ਵਰਤੀ ਜਾਂਦੇ ਹਾਂ। ਇਹ ਚੀਜ਼ਾਂ ਆਪਣੀ ਆਪਣਾ ਮਾਨਸਿਕ ਪੱਧਰ ਦਿਖਾਉਂਦੀਆਂ ਅਤੇ ਆਪਣੀ ਮਾਨਸ ਸੋਚ ਦਿਖਾਉਂਦੀਆਂ ਵੀ ਕਿੱਡੀ ਕੁ ਉੱਚੀ ਜਾਂ ਕਿੱਡੀ ਕੁ ਨੀਵੀਂ ਸੋਚ ਦੇ ਮਾਲਕ ਹਾਂ ਆਪਾਂ। ਵੀ ਜਿਵੇਂ ਦੇਖ ਚੋ ਇੱਕ ਚੌਲ ਦਾ ਦਾਣਾ ਵੀ ਚੱਕ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਚੌਲ ਕੱਚੇ ਆ ਜਾਂ ਪੱਕੇ ਆ ਜਾਂ ਜਿਵੇਂ ਵੀ ਹੈ, ਸਵਾਦ ਪਤਾ ਲੱਗ ਜਾਂਦਾ, ਉਵੇਂ ਆਪਾਂ ਨੂੰ ਉਸ ਬੰਦੇ ਦੀ ਸੋਚ ਦਾ ਉਹਦਾ ਪ੍ਰੈਕਟੀਕਲੀ ਪਤਾ ਲੱਗ ਜਾਂਦਾ ਵੀ ਇਹ ਬੰਦਾ ਇਸ ਇੰਨੇ ਕੁ ਪਾਣੀ 'ਚ ਹੈਗਾ। ਮੈਂ ਕਈ ਬੰਦਿਆਂ ਨੂੰ ਨਿੱਜੀ ਤੌਰ 'ਤੇ ਜਾਣਦਾ, ਮੈਂ ਉਹਨਾਂ ਨੂੰ, ਮੈਂ ਕਈ ਵਾਰੀ ਕਮੈਂਟ ਪੜ੍ਹਦਾ ਉਹਨਾਂ ਦੇ ਵੀ, ਮੇਰੇ ਨਾਲ ਪੜ੍ਹਦੇ ਰਹੇ ਆ ਕਈ, ਉਹ ਬੰਦੇ ਗੱਲਾਂ ਐਂ ਤਾਂ ਐਂ ਚੱਬ ਚੱਬ ਕੇ ਕਰਦੇ ਆ ਵੀ ਯਾਰ ਐਂ ਹੋ ਗਿਆ ਐਂ ਹੋ ਗਿਆ ਫਲਾਣਾ ਥਿੰਗ, ਪਰ ਉਹਨੂੰ ਮੈਂ ਜੇ ਉਹ ਨਿੱਜੀ ਜ਼ਿੰਦਗੀ ਦੇਖੀ ਜਾਵੇ ਨਿੱਜੀ ਜ਼ਿੰਦਗੀ 'ਤੇ ਉਹਨਾਂ ਦੇ ਨੇੜੇ ਤੇੜੇ ਵੀ ਹੈ ਨਹੀਂ ਗੇ ਉਹ, ਫੇਸਬੁੱਕ 'ਤੇ ਬਹਿ ਕੇ ਜਾਂ ਯੂਟਿਊਬ 'ਤੇ ਬਹਿ ਕੇ ਜਾਂ ਕਿਤੇ ਵੀ ਬਹਿ ਕੇ ਆਪਾਂ ਗੱਲ ਤਾਂ ਕਰ ਲਾਂਗੇ ਫੋਨ ਕਰ ਵੀ ਕੌਣ ਪੁੱਛਦਾ, ਪਰ ਜਿਹਨੂੰ ਆਪਾਂ ਗਾਲਾਂ ਦੇ ਰਹੇ ਹਾਂ ਉਹਦੇ ਵੀ ਤਾਂ ਅਗਲੇ ਦੀ ਓਪੀਨੀਅਨ ਹੈਗਾ, ਜੇ ਆਪਣੀ ਆਜ਼ਾਦੀ ਹੈਗੀ ਹੈ ਬੋਲਣ ਦੀ ਤਾਂ ਅਗਲੇ ਨੂੰ ਤਾਂ ਆਜ਼ਾਦੀ ਹੈਗੀ ਹੈ। ਹਾਂ ਜੇ ਤੁਹਾਨੂੰ ਨਹੀਂ ਪਸੰਦ ਆਈ, ਤੁਸੀਂ ਉਹਦੇ ਨਾਲ ਸਹਿਮਤ ਹੈ ਨਹੀਂ, ਤਾਂ ਉਹਨੂੰ ਤੁਸੀਂ ਜਵਾਬ ਦਿਓ, ਵੀਡੀਓ ਬਣਾ ਦਿਓ, ਹੈ ਨਾ। ਗਾਲਾਂ ਨਾ ਦੇਣ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਨਾ, ਜਾਂ ਕਿਸੇ ਨੂੰ ਪੁੱਠਾ ਬੋਲਣ ਦਾ, ਅਗਲਾ ਚੱਕ ਕੇ ਮੂੰਹ ਅਗਲਾ ਹਰ ਕੋਈ ਕਹਿ ਦਿੰਦਾ ਵੀ ਫਲਾਣਾ ਆਇਆ ਸੀ, ਫਲਾਣਾ ਉਹ ਸੀ, ਫਲਾਣਾ ਆਇਆ ਸੀ, ਫਿਰ ਅਗਲਾ ਦੂਜਾ ਹੋਰ ਉਧਰੋਂ 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 ਐਂ ਹੋਈ ਜਾਂਦਾ ਰਹਿੰਦਾ ਸਾਰਾ ਦਿਨ ਹੀ। ਫਿਰ ਮੁੜ ਕੇ ਕਿਸੇ ਦੇ ਧਰਮ ਨੂੰ ਲੈ ਕੇ ਤੂੰ ਕਹੀ ਜਾਂਦੇ ਵੀ ਜੇ ਤੁਸੀਂ ਮੰਨਣਾ ਕਿਸੇ ਨੂੰ, ਨਹੀਂ ਮੰਨੋ ਨਹੀਂ ਮੰਨਣਾ ਨਾ ਮੰਨੋ, ਚੁੱਪ ਰਹੋ। ਠੀਕ ਹੈ, ਸਾਰੇ ਧਰਮ ਪਵਿੱਤਰ ਆ, ਸਾਰੇ ਫਿਰਕੇ ਸਹੀ ਹੈ, ਅਗਲੇ ਜਿਹਨਾਂ ਜਿਹਦਾ ਜਿੱਥੇ ਜੀ ਕਰਦਾ ਜਾਵੇ, ਜਿਹਦਾ ਜਿੱਥੇ ਜੀ ਕਰਦਾ ਨਾ ਜਾਵੇ। ਹੁਣ ਸਤਿਗੁਰੂ ਰਵਿਦਾਸ ਜੀ ਵਾਲੀ ਗੱਲ ਸੀਗੀ, ਮੈਨੂੰ ਦੇਖ ਕੇ ਇੰਨਾ ਅਜੀਬ ਲੱਗੀ ਵੀ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਹੋ, ਤੁਸੀਂ ਕੀ ਹੋ ਜੂਗਾ ਫਿਰ, ਫਿਰ ਤਾਂ ਅਗਲੇ ਅੱਗੋਂ ਭੜਕਣਗੇ ਉਹ, ਫਿਰ ਅਗਲੇ ਅੱਗੋਂ ਉਹ ਜਵਾਬ ਦੇਣਗੇ, ਫਿਰ ਤੁਸੀਂ ਮਾਫੀਆਂ ਮੰਗੀ ਜਾਂਦੇ ਰਹਿੰਦੇ ਹੋ। ਹੋਰ ਵੀ ਬਥੇਰੀਆਂ ਗੱਲਾਂ, ਮੈਂ ਇੱਕੋ ਐਸੀ ਗੱਲ ਘਟਨਾ ਹੁੰਦਾ ਜੇ ਕਰਨੀ ਤਾਂ ਬਹੁਤ ਗੱਲਾਂ ਹੋਣੀਆਂ, ਕਿੰਨੀਆਂ ਗੱਲਾਂ ਕਰੀ ਜਾਊਗਾ ਬੰਦਾ, ਪਰ ਇਹ ਮੈਨੂੰ ਹੁਣ ਮੌਕੇ 'ਤੇ ਯਾਦ ਆ ਗਈ ਵੀ ਕੱਲ੍ਹ ਪਰਸੋਂ ਦੀ ਗੱਲ ਹੈ ਹੈਗੀ, ਮੈਂ ਵੀਡੀਓ ਦੇਖੀ ਸੀ। ਅਤੇ ਆਪਾਂ ਨੂੰ ਆਪਣੀ ਸੋਚ ਦਾ ਪੱਧਰ ਇੰਨਾ ਕੁ ਉੱਚਾ ਕਰਨਾ ਪਊਗਾ ਕਿ ਜੇ ਕੋਈ ਆਪਾਂ ਕਿਸੇ ਨਾਲ ਨਹੀਂ ਸਹਿਮਤ ਹੈਗੇ ਹਾਂ ਤਾਂ ਆਪਾਂ ਉਸਨੂੰ ਕਿਸੇ ਤਰਕ ਨਾਲ ਗੱਲ ਦੇਈਏ, ਨਾ ਕਿ ਗਾਲਾਂ ਨਾਲ, ਨਾ ਕੋਈ ਉਹਦੀ ਜਾਤ ਜਾਂ ਉਹਦਾ ਧਰਮ ਨੂੰ ਫੜ ਕੇ ਜਾਂ ਉਹਦੀ ਭੈਣ ਜਾਂ ਮਾਂ ਨੂੰ ਜਾਂ ਧੀ ਨੂੰ ਫੜ ਕੇ ਗਾਲਾਂ ਦੇਈ ਜਾਓ, ਉਹ ਨਹੀਂ ਹੁੰਦਾ। ਉਹ ਤਾਂ ਫਿਰ ਬੇਹੂਦਗੀ ਵਾਲੀ ਗੱਲ ਆ ਗਈ ਨਾ, ਬੇਸ਼ਰਮੀ ਵਾਲੀ ਗੱਲ ਆ ਗਈ ਵੀ ਅਸੀਂ ਤਾਂ ਐਂ ਹੀ ਕਰਨਾ, ਇਹ ਧੱਕਾ ਵਾਲੀ ਗੱਲ ਹੋ ਗਈ। ਵੀ ਇੰਟਰਨੈਟ ਬੁਲੀ ਤਾਂ ਇਹੀ ਹੁੰਦਾ ਨਾ, ਵੀ ਜੇ ਕੋਈ ਬੰਦਾ ਨਹੀਂ ਬੋਲਦਾ ਉਹਨੂੰ ਚਾਰ ਗਾਲਾਂ ਦੇ ਦਿਓ ਯਾਰ, ਛੱਡ ਕੱਢ ਕੇ ਚਾਰ ਬੰਦੇ ਰਲ ਕੇ ਕੀ ਹੋ ਜੂਗਾ, ਫਿਰ ਉਸ ਵਕਤ ਤਾਂ ਇੰਟਰਨੈਟ ਛੱਡ ਜੂਗਾ। ਸਾਨੂੰ ਜ਼ਿੰਮੇਵਾਰੀ ਸਮਝਣੀ ਪੈਣੀ ਹੈ ਇਹ, ਜਿੰਨਾ ਚਿਰ ਆਪਾਂ ਜ਼ਿੰਮੇਵਾਰੀ ਨਾ ਸਮਝਾਂਗੇ ਉਨਾ ਚਿਰ ਕੁਛ ਨਹੀਂ ਹੋ ਸਕਦਾ। ਇਸ ਨੂੰ ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਆਪਾਂ ਆਪਦੇ ਦਿਲ ਦੀ ਗੱਲ ਕਰੋ, ਕੁਛ ਵੀ ਕਰੋ, ਪਰ ਕਿਸੇ ਨੂੰ ਮਾੜਾ ਨਾ ਕਹੋ, ਨਾ ਕਿਸੇ ਨੂੰ ਗਾਲ ਕੱਢੋ, ਨਾ ਮੰਦਾ ਕੱਢੋ।
ਸੋਸ਼ਲ ਮੀਡੀਆ ਨੂੰ ਆਪਾਂ ਨੂੰ ਆਜ਼ਾਦੀ ਮਿਲੀ ਹੈ ਬੋਲਣ ਦੀ, ਇਸ ਆਜ਼ਾਦੀ ਨੂੰ ਚੰਗੇ ਪਾਸੇ ਲੈ ਕੇ ਜਾਇਆ ਜਾਵੇ, ਕਿਸੇ ਦੀ ਕੋਈ ਮੁਸ਼ਕਿਲ ਹੈ ਉਸ ਨੂੰ ਡਿਸਕਸ ਕੀਤਾ ਜਾ ਸਕਦਾ ਹੈ, ਕਿਸੇ ਨੂੰ ਕੋਈ ਦੁੱਖ ਹੈ ਉਹਦਾ ਡਿਸਕਸ ਕੀਤਾ ਜਾ ਸਕਦਾ ਹੈ। ਕਈ ਬੰਦੇ ਤਣਾਅ 'ਚ ਹੁੰਦੇ ਹੈ, ਡਿਪਰੈਸ਼ਨ 'ਚ ਹੁੰਦੇ ਹੈ, ਉਹ ਵੀ ਆਪਦੀ ਕਈ ਵਾਰੀ ਡਿਪਰੈਸ਼ਨ ਕੱਢਣ ਦੇ ਮਾਰੇ ਵੀਡੀਓ ਪਾ ਲੈਂਦਾ ਬੰਦਾ, ਆਪਦੇ ਦਿਲ ਦੀ ਗੱਲ ਕਰਦਾ, ਕੁਛ ਮਰਜ਼ੀ ਪਾ ਲੇ, ਐਟਲੀਸਟ ਉਹ ਕੁਛ ਪਾ ਕਰਦਾ ਰਿਹਾ, ਪਰ ਮਾੜਾ ਨਾ ਕਹੋ ਕਿਸੇ ਨੂੰ। ਮੇਰੀ ਵੀਡੀਓ ਬਣਾਉਣ ਦਾ ਮਕਸਦ ਆਹੀ ਹੈ ਅੱਜ ਦਾ, ਕਿ ਆਪਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਸਮਝਣਾ ਚਾਹੀਦਾ, ਵੀ ਜਿਵੇਂ ਆਪਣੀ ਵੀਡੀਓ ਪਾਓ, ਕੁਛ ਮਰਜ਼ੀ ਕਰੋ, ਪਰ ਕਿਸੇ ਨੂੰ ਮਾੜਾ ਨਾ ਕਹੋ, ਨਾ ਕਿਸੇ ਧਰਮ ਨੂੰ, ਨਾ ਕਿਸੇ ਬੰਦੇ ਨੂੰ, ਨਾ ਕਿਸੇ ਦੀ ਧੀ ਭੈਣ ਨੂੰ, ਆਪਣੀ ਜ਼ਿੰਮੇਵਾਰੀ ਸਮਝੀਏ। ਇਹ ਅੱਜ ਦੀ ਵੀਡੀਓ 'ਚ ਇੰਨਾ ਹੀ ਹੈ, ਅਗਲੇ ਵਾਰ ਕੋਈ ਹੋਰ ਡਿਸਕਸ ਲੈ ਕੇ ਆਵਾਂਗੇ। ਤਦ ਤੱਕ ਲਈ ਖੁਸ਼ ਰਹੋ, ਆਬਾਦ ਰਹੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।